ਕਰਤਾਰਪੁਰ ਸਾਹਿਬ ਲਾਂਗੇ ਦੀ ਗੱਲ ਕਰਾਂਗੇ ਦੱਸਿਆ ਕਿ ਜਿਸ ਨਾਲ ਜੁੜੀ ਹੋਈ ਵੱਡੀ ਖਬਰ ਕਰਤਾਰਪੁਰ ਸਾਹਿਬ ਲਾਂਗੇ ਦੇ ਰਾਜੂੜੀ ਵੱਡੀ ਖਬਰਾਂ ਲਾਂਗੇ ਸੰਬੰਧੀ ਅੱਜ ਹੋਏਗੀ ਅਹਿਮ ਬੈਠਕ ਲਾਂਗੇ ਸੰਬੰਧੀ ਅੱਜ ਅਹਿਮ ਬੈਠਕ ਹੋਏਗੀ ਸੋ ਸਿੱਧਾ ਛਾਲ ਦੇ ਆ ਪਪਾ ਸਿੰਘ ਗੁਰਦਾਸਪੁਰ ਤੋਂ ਸਾਡੇ ਨਾਲ ਮੌਜੂਦ ਨੇ ਜੀ ਪਪਾ ਸਿੰਘ ਅਗਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਕਰਤਾਰਪੁਰ ਲਾਂਗੇ ਨੂੰ ਖੋਲਣ ਦੀ ਬਾਰ ਬਾਰ ਅਪੀਲ ਹੋ ਰਹੀ ਹੈ ਉਸੇ ਦੇ ਚੱਲਦੇ ਅੱਜ ਦੀ ਬੈਠਕ ਵੀ ਹੋਏਗੀ ਅੱਜ ਬਿਲਕੁਲ ਗੁਰਜੋਤ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਬੈਠਕ ਹੋਣ ਜਾ ਰਹੀ ਹੈ ਇਹ ਦੋਨਾਂ ਹੀ ਦੇਸ਼ਾਂ ਦੇ ਹੈ ਪਾਕਿਸਤਾਨ ਅਤੇ ਭਾਰਤ ਦੇ ਦੋਨਾਂ ਹੀ ਦੇਸ਼ਾਂ ਦੇ ਜਿਹੜੇ ਤਕਨੀਕੀ ਅਧਿਕਾਰੀ ਨੇ ਉਹਨਾਂ ਦੀ ਬੈਠਕ ਹੋਣ ਜਾ ਰਹੀ ਹੈ ਤੇ ਡੇਰਾ ਬਾਬਾ ਨਾਨਕ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ ਹੈ ਉੱਥੇ ਹਿੰਦ-ਪਾਕ ਸਰਹੱਦ ਯਾਨੀ ਕਿ ਜ਼ੀਰੋ ਲਾਈਨ ਦੇ ਉੱਤੇ ਇਹਨਾਂ ਦੋਨਾਂ ਦੇਸ਼ਾਂ ਦੀਆਂ ਅਧਿਕਾਰੀਆਂ ਦੀ ਮੀਟਿੰਗ ਹੋਏਗੀ 11 ਵਜੇ ਦਾ ਸਮਾਂ ਰੱਖਿਆ ਗਿਆ ਹੈ ਮੀਟਿੰਗ ਦਾ ਤਾਂ ਮੀਟਿੰਗ ਦੇ ਵਿੱਚ ਅਹਿਮ ਜਿਹੜਾ ਮੁੱਦਾ ਹੈ ਉਹ ਇਹ ਰਹੇਗਾ ਕਿ ਜਿਹੜਾ ਕਰਤਾਰਪੁਰ ਕੋਇਡੋਰ ਦੇ ਉੱਤੇ ਪਾਕਿਸਤਾਨ ਦੇ ਤੋਂ ਇੱਕ ਬ੍ਰਿਜ ਬੰਨਣਾ ਸੀ ਕਿਉਂਕਿ ਭਾਰਤ ਵਾਲੇ ਪਾਸੇ ਸਾਰੇ ਕੰਮ ਮੁਕੰਮਲ ਹੋ ਚੁੱਕੇ ਨੇ ਭਾਰਤ ਵਾਲੇ ਪਾਸੋਂ ਸਰਹੱਦ ਤੱਕ ਇੱਕ ਬ੍ਰਿਜ ਪਹੁੰਚਾ ਵੀ ਦਿੱਤਾ ਗਿਆ ਹੈ ਤਾਂ ਅੱਗੋਂ ਦੂਸਰੇ ਪਾਸਿਓਂ ਪਾਕਿਸਤਾਨ ਦੇ ਵੱਲੋਂ ਇਹ ਬ੍ਰਿਜ ਬਣ ਕੇ ਇੱਧਰ ਪਹੁੰਚਣਾ ਸੀ ਕਿਉਂਕਿ ਰਾਵੀ ਦਰਿਆ ਜਿਹੜਾ ਪੈਂਦਾ ਹੈ ਉਹਦਾ ਕੁਝ ਹਿੱਸਾ ਭਾਰਤ ਵਿੱਚ ਪੈਂਦਾ ਹੈ ਤਾਂ ਕੁਝ ਹਿੱਸਾ ਪਾਕਿਸਤਾਨ 'ਚ ਤੇ ਫਿਰ ਉਸ ਤੋਂ ਬਾਅਦ ਭਾਰਤ ਵਿੱਚ ਉਹ ਐਂਟਰੀ ਕਰ ਜਾਂਦਾ ਹੈ ਤਾਂ ਉਸਦੇ ਪਾਣੀ ਨੂੰ ਦੇਖਦਿਆਂ ਹੋਇਆਂ ਕਿਉਂਕਿ ਬਰਸਾਤ ਹੁੰਦੀ ਹੈ ਜਦ ਤਾਂ ਪਾਣੀ ਦਾ ਲੈਵਲ ਵੱਧ ਜਾਂਦਾ ਹੈ ਅਗਰ ਪਾਕਿਸਤਾਨ ਬ੍ਰਿਜ ਨਹੀਂ ਬਣਾਉਂਦਾ ਤਾਂ ਉਸ ਦਾ ਨੁਕਸਾਨ ਜਿਹੜਾ ਹੈ ਭ ਦਾ ਹੈ ਤਾਂ ਇਹ ਸਾਰੇ ਉਦੋਂ ਲਿਖਤੀ ਰੂਪ ਚ ਹੋਇਆ ਸੀ ਕਿ ਦੋਨਾਂ ਹੀ ਦੇਸ਼ਾਂ ਦੇ ਬਨੋਂ ਇਸ ਟੀਜ ਨੂੰ ਦੇਖਦੇ ਹੋਏ ਇੱਕ ਬ੍ਰਿਜ ਬਣਾਇਆ ਜਾਏਗਾ ਭਾਰਤ ਵਾਲੇ ਪਾਸੇ ਉਹ ਬ੍ਰਿਜ ਬਣ ਚੁੱਕਾ ਹੈ ਜ਼ੀਰੋ ਲਾਈਨ ਤੱਕ ਪਹੁੰਚ ਚੁੱਕਾ ਹੈ ਪਾਕਿਸਤਾਨ ਨੇ ਹੁਣ ਉਹ ਬ੍ਰਿਜ ਬਣਾਉਣਾ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਲੈ ਕੇ ਹੀ ਇਹ ਜਿਹੜੀ ਮੀਟਿੰਗ ਹੈ ਦੋਨਾਂ ਹੀ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੇ ਵਿੱਚ ਹੋਣ ਜਾ ਰਹੀ ਹੈ ਹੁਣ ਪਾਕਿਸਤਾਨ ਵਾਲੇ ਪਾਸਿਓਂ ਵੀ ਲੱਗਦਾ ਹੈ ਕਿ ਉਹ ਬ੍ਰਿਜ ਬਣ ਕੇ ਭਾਰਤ ਦੇ ਬ੍ਰਿਜ ਨਾਲ ਜੋੜਿਆ ਜਾਵੇਗਾ ਤਾਂ ਜਿਹੜੇ ਸਰਦਾਲੂ ਅੱਗੇ ਪਿੰਨਾ ਕੋਰੀਡੋਰ ਦੇ ਰਸਤੇ ਉਹ ਥੱਲੋਂ ਦੀ ਮਤਲਬ ਸਰਹੱਦ ਖਾਣੀ ਜਾਂਦੇ ਸੀ ਹੁਣ ਉਹ ਹੋ ਜਦ ਬ੍ਰਿਜ ਬਣ ਜਾਵੇ ਤਾਂ ਬ੍ਰਿਜ ਦੇ ਰਸਤੇ ਹੀ ਉਧਰ ਜਾ ਪਾਂਗੇ ਤਾਂ ਇਹ ਜ਼ਰੂਰੀ ਵੀ ਹੈ ਕਿਉਂਕਿ ਭਾਰਤ ਦੇ ਬਲੇ ਪਾਸੇ ਜਿਹੜੀ ਅਧਿਕਾਰੀ ਸਨ ਉਹਨਾਂ ਦਾ ਕਹਿਣਾ ਸੀ ਕਿ ਅਗਰ ਪਾਕਿਸਤਾਨ ਬ੍ਰਿਜ ਨਹੀਂ ਬਣਾਉਂਦਾ ਤਾਂ ਜਿਹੜਾ ਰਾਵੀ ਦਰਿਆ ਦਾ ਪਾਣੀ ਹੋਏਗਾ ਜਦ ਬਰਸਾਤ ਹੁੰਦੀ ਹੈ ਤਾਂ ਪਾਣੀ ਦਾ ਲੈਵਲ ਵੱਧ ਜਾਂਦਾ ਹੈ ਤਾਂ ਉਸ ਦਾ ਨੁਕਸਾਨ ਕਿਤਨਾ ਕਿਤੇ ਭਾਰਤ ਨੂੰ ਉਠਾਣਾ ਪੈ ਸਕਦਾ ਹੈ ਇਸ ਕਾਰਨ ਹੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਬ੍ਰਿਜ ਬਣਾਇਆ ਜਾਵੇ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਜਿਹੜੀ ਹੈ ਦੋਨਾਂ ਤਕਨੀਕੀ ਅਧਿਕਾਰੀਆਂ ਦੇ ਅੱਜ ਮੀਟਿੰਗ ਹੋਣ ਜਾ ਰਹੀ ਹੈ ਜੀ ਜੀ ਸੋ ਕਿੰਨੇ ਕ ਮੈਂਬਰ ਮੌਜੂਦ ਹੋਣਗੇ ਔਰ ਸਮਾਂ ਕਿ ਰਹੇਗਾ ਪਪਾ ਸਿੰਘ ਅਗਰਸਟ ਮੀਟਿੰਗ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਵੀ ਹੋਰ ਕੋਈ ਖਾਸ ਮਸਲਾ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਚਰਚਾ ਦਾ ਵਿਸ਼ਾ ਅੱਜ ਬਿਲਕੁਲ ਇਸ ਤੋਂ ਇਲਾਵਾ ਵੀ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਕਰੋਨਾ ਨੂੰ ਲੈ ਕੇ ਜਿਹੜਾ ਕੋਰੀਡੋਰ ਸੀ ਉਹ ਕੁਝ ਦਿਨਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ ਤਾਂ ਪਾਕਿਸਤਾਨ ਨੇ ਪਹਿਲਾਂ ਵੀ ਜਿਹੜੀਆਂ ਨੇ ਉਹ ਆਪਣੇ ਵੱਲੋਂ ਕਿਹਾ ਹੋਇਆ ਸੀ ਕਿ ਅਸੀਂ ਆਪਣੇ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਾਂਗੇ ਤੇ ਭਾਰਤ ਨੂੰ ਵੀ ਉਹਨੇ ਗੁਜਾਰਿਸ਼ ਕੀਤੀ ਸੀ ਕਿ ਤੁਸੀਂ ਵੀ ਆਪਣੇ ਵੱਲੋਂ ਕੋਰੀਡੋਰ ਖੋਲ੍ਹੋ ਪਰ ਜਿਸ ਤਰੀਕੇ ਨਾਲ ਭਾਰਤ ਵਿੱਚ ਆਨੇ ਕਰੋਨਾ ਫੈਲਦਾ ਦਿਖਾਈ ਦੇ ਰਿਹਾ ਭਾਰਤ ਸਰਕਾਰ ਨੇ ਕੋਰੀਡੋਰ ਖੋਲ੍ਹਣ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਤੇ ਹੋ ਸਕਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਉਹਦੇ ਉੱਤੇ ਵੀ ਚਰਚਾ ਕੀਤੀ ਜਾਵੇ ਤਾਂ ਜਿਹੜਾ ਸਮਾਂ ਹੈ ਮੀਟਿੰਗ ਦਾ ਗੁਰਜੋਤ ਉਹ 11 ਵਜੇ ਦਾ ਸਮਾਂ ਹੈ ਆਨਲਾਈਨ ਦੇ ਉੱਤੇ ਦੋਨਾਂ ਅਧਿਕਾਰੀਆਂ ਦੀ ਮੀਟਿੰਗ ਹੋਏਗੀ ਤਾਂ ਜਿਹੜੀਆਂ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਨੇ ਕਈ ਵਾਰ ਜਦ ਕੋਰੀਡੋਰ ਖੁੱਲਣਾ ਸੀ ਤਾਂ ਤਦ ਵੀ ਕਈ ਵਾਰ ਮੀਟਿੰਗਾਂ ਹੋਈਆਂ ਸੀ ਇਸੇ ਜਗ੍ਹਾ ਦੇ ਉੱਤੇ ਜ਼ੀਰੋ ਲਾਈਨ ਦੇ ਉੱਤੇ ਤਾਂ ਉਦੋਂ ਦੇ ਅਗਰ ਦੇਖਿਆ ਜਾਵੇ ਤਾਂ ਇਧਰੋਂ ਵੀ 12 12 13 ਦੇ ਕਰੀਬ ਅਧਿਕਾਰੀ ਉੱਧਰ ਪਹੁੰਚਦੇ ਸੀ ਤਾਂ ਉਧਰੋਂ ਵੀ 12 13 ਦੇ ਕਰੀਬ ਅਧਿਕਾਰੀ ਜ਼ੀਰੋ ਲਾਈਨ ਤੇ ਪਹੁੰਚਦੇ ਸੀ ਤਾਂ ਹੋ ਸਕਦਾ ਹੈ ਕਿ ਅੱਜ ਵੀ ਇਹ ਇੰਨੀ ਗਿਣਤੀ ਦੇ ਵਿੱਚ ਹੀ ਅਧਿਕਾਰੀ ਪਹੁੰਚਣ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਰਹਿਣਗੇ ਤਾਂ ਕਿਤਨਾ ਕਿਤੇ ਮੀਟਿੰਗ ਜ ਬੰਦ ਜਿਹੜੇ ਜੇ ਗੱਲ ਕੀਤੀ ਹੈ ਪਾਕਿਸਤਾਨ ਰੇਂਜਰਸ ਦੀ ਜਾਂ ਫਿਰ ਬੀਐਸਐਫ ਦੀ ਉਹ तमाम ਉਥੇ ਇੰਤਜ਼ਾਮ ਸੁਰੱਖਿਆ ਨੂੰ ਦੇਖਦੇ ਹੋયા ਉਹ ਕੀਤੇ ਗਏ ਹਨ ਅਤੇ 11 ਵਜੇ ਦੇ ਕਰੀਬ ਜਰੀ ਹੈ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਸ਼ੁਰੂ ਹੋਏਗੀ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਧੰਵਾਦ ਹੈ ਤੁਹਾਡਾ ਜੁੜਨ ਦੇ ਲਈ ਪਪਾਸ ਸਿੰਘ ਔਰ तमाम ਜਾਣਕਾਰੀ ਦੇ ਲਈ ਸੋ ਦੱਸਿਆ ਕਿ ਬੈਠਕ ਦੇ ਵਿੱਚ ਤਕਨੀਕੀ ਇੰਜੀਨੀਅਰਾਂ ਦੇ ਸ਼ਾਮਿਲ ਹੋਣ ਦੀ ਸੰਭਾ